मिस्त्री ने असी इन्ने बंदे फड़ ले इन्ने मारते साडा जस्टिस हैगा मास्टर माइंड नूं फड़ के अंदर करना। जे तुसी मेरे बच्चे हो ते शुभदीप नूं प्यार करते हो शांतमई आपां चलना है। अज भी एक साल बाद परिवार इंसाफ की मांग कर रहा। अज जदों पहली बरसी आज दे दिन ठीक होने तो अद्धा पौना घंटा पहला पिंड जवारके दे विच एक साल पहला जिहड़ा हैगा सिद्धू मूसेवाला दा बुरी तरीके दे नाल कतल किया गया सी तां परिवार अज भी जिहड़ा हैगा इंसाफ नूं लैके कैंडल मार्च कर रहा। हालांकि बहुत सारे भरोसे परिवार नूं जरूर मिले, हालांकि बहुत सारियां इनवैसटीगेशन होईआं, बहुत सारे लोगों नूं गिरफ्तार भी किया गया परिवार, पर लगातार परिवार कह रहा कि जिहड़े लोगों ने साजिश घड़ी कौन लोग सी उह सानूं पता लगना चाहिए कि साडे पुत्र दे कतल दी वजह की बनी सी। इस नूं लैके परिवार अज भी जो है इंसाफ दे लई कदे मार्च कढ रहा, कदे पंजाब दे विच जा रहा, पंजाब दे लोकां दे विच जा रहा, उसे थार नूं लैके जा रहा जिस थार दे विच सिद्धू मूसेवाला दा कतल किया गया सी। लास्ट राइड जिहड़ी हैगी सिद्धू मूसेवाले दी एक साल पहला अज दे दिन पिंड जवारके दे विच ओह उसदा दी एंड हुंदा। अज भी जदों सिद्धू दे चौण वाले पहुंचदे ने अज भी उसनूं वक्खरे तरीके दे नाल श्रद्धांजलि दिंदे ने, वक्खरे तरीके दे नाल सिद्धू नूं याद करदे ने, वक्खरे तरीके दे नाल सिद्धू दे लई जिहड़ा हैगा किसे ना किसे तरीके दे नाल उस नूं जिहड़ा हैगा याद कीता जांदा है। तां इह देख सकदे हो वड्डी गिणती दे विच जदों इत्थे लोक पहुंचे होए ने, वड्डी गिणती दे विच जदों अज इत्थे शायद सोचा भी ना हो किसी ने कि अज दे दिन जिहड़ा हैगा सिद्धू ਦੀ ਇੰਨੀ ਮਕਬੂਲੀਅਤ ਜਿਹੜੀ ਹੋਈ ਆ, ਸਿੱਧੂ ਦੀ ਇੰਨੀ ਵੱਡੀ ਮਕਬੂਲੀਅਤ ਜਿਹੜੀ ਹੈਗੀ ਆ ਇਸ ਗੱਲ ਤੇ ਮੋਹਰ ਜ਼ਰੂਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਸਿੱਧੂ ਨੇ ਮੌਤ ਤੋਂ ਬਾਅਦ ਵੀ ਆਪਣੀ ਮੌਤ ਤੋਂ ਬਾਅਦ ਵੀ ਉਹਦੇ ਪ੍ਰਸ਼ੰਸਕ ਘਟੇ ਨਹੀਂ। ਹਾਲਾਂਕਿ ਲਗਾਤਾਰ ਉਹਨਾਂ ਦੇ ਚੋਣ ਵਾਲਿਆਂ ਦੀ ਗਿਣਤੀ ਵੱਧਦੀ ਰਹੀ ਹੈ। ਸਿੱਧੂ ਦੀ ਮੌਤ ਤੋਂ ਬਾਅਦ ਤਿੰਨ ਗਾਣੇ ਜਿਹੜੇ ਹੈਗੇ ਨੇ ਉਹਨਾਂ ਦੇ ਰਿਲੀਜ਼ ਹੁੰਦੇ, ਤਿੰਨੇ ਗਾਣੇ ਜਿਹੜੇ ਹੈਗੇ ਨੇ ਸਿੱਧੂ ਦੇ ਉਹ ਪੂਰੇ ਤਰੀਕੇ ਦੇ ਨਾਲ ਤਾਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਇਹ ਤਸਵੀਰਾਂ ਨੇ ਬਾਈ ਜੀ ਕੀ ਨਾਮ ਹੈ ਕਿੱਥੋਂ ਬਾਈ? ਮਾਨਸਾ ਤੋਂ ਜੀ। ਹਾਂਜੀ ਜਸਟਿਸ ਪਰ ਸਿੱਧੂ ਮੂਸਾ ਇੱਕ ਸਾਲ ਹੋ ਗਿਆ, ਇੱਕ ਸਾਲ ਬਾਅਦ ਉੱਥੇ ਦੀ ਉੱਥੇ ਹੀ ਗੱਲ ਖੜੀ ਹੈ। ਕੋਈ ਗੱਲ ਨਹੀਂ ਜੀ, ਇੰਟਰਸਟ ਕਰ ਰਹੇ ਹਾਂ ਬਹੁਤ ਜ਼ਿਆਦਾ, ਕਰ ਲਿਆਂਗੇ ਬਹੁਤ ਕੁਛ ਹੋਵੇਗਾ। ਜੀ ਕਿੱਥੋਂ ਆਏ ਜੀ? ਲੋਕਲੀ ਹੈ ਜੀ ਮਾਨਸਾ ਤੋਂ। ਤੇ ਇੱਕ ਆਵਾਜ਼ ਜਿਸ ਤਰੀਕੇ ਨਾਲ ਬੰਦ ਹੋਈ, ਆਵਾਜ਼ ਨੂੰ ਦਬਾਇਆ ਗਿਆ, ਕਿਵੇਂ ਵੇਖਦੇ ਹੋ ਇੱਕ ਸਾਲ ਬਾਅਦ ਵੀ ਉੱਥੇ ਦੀ ਉੱਥੇ ਸਿੱਧੂ ਦੀ ਇਨਸਾਫ ਦੀ ਗੱਲ ਖੜੀ ਹੈ? ਇਨਸਾਫ ਬਾਈ ਦੇਣਾ ਚਾਹੀਦਾ ਸਰਕਾਰ ਨੂੰ, ਸਰਕਾਰਾਂ ਦੇ ਹੱਥ 'ਚ ਆ ਸਭ ਕੁਛ, ਸਰਕਾਰਾਂ ਪਰ ਦਿੰਦੀਆਂ ਨਹੀਂ, ਬਹੁਤ ਦੁੱਖ ਹੁੰਦਾ ਬਾਈ ਦਾ। ਤਾਂ ਇੱਕ ਵੱਡਾ ਪੋਸਟਰ ਬਣਾ ਕੇ ਸਿੱਧੂ ਦੇ ਚੋਣ ਵਾਲੇ ਅੱਗੇ ਜਾ ਰਹੇ ਨੇ, ਇਨਸਾਫ ਦੀ ਮੰਗ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਪਿਛਲੇ ਪਾਸੇ ਪਰਿਵਾਰ ਔਰ ਇੱਕ ਵੱਡਾ ਹਜ਼ੂਮ ਜਿਹੜਾ ਹੈਗਾ ਅੱਜ ਇੱਕ ਵਾਰ ਫਿਰ ਮਾਨਸਾ ਦੀਆਂ ਸੜਕਾਂ 'ਤੇ ਵੇਖਣ ਨੂੰ ਮਿਲ ਰਿਹਾ, ਆਪਣੇ ਬੱਚਿਆਂ ਦੇ ਸਮੇਤ ਇੱਥੇ ਲੋਕ ਪਹੁੰਚੇ ਨੇ। ਤਾਂ ਅੱਜ ਅਸੀਂ ਸਵੇਰ ਤੋਂ ਹੀ ਜਦੋਂ ਦਾ ਹੀ ਸਵੇਰ ਤੋਂ ਕਵਰੇਜ ਕਰ ਰਹੇ ਸੀ ਤਾਂ ਚੋਣ ਵਾਲਿਆਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਜਿਵੇਂ ਜਿਵੇਂ ਦਿਨ ਅੱਗੇ ਵੱਧਦਾ ਗਿਆ, ਜਿਵੇਂ ਜਿਵੇਂ ਦਿਨ ਦੀ ਸ਼ੁਰੂਆਤ ਹੋਈ ਉਵੇਂ ਉਵੇਂ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਸਿੱਧੂ ਦੇ ਚੋਣ ਵਾਲੇ ਇੱਥੇ ਪਹੁੰਚੇ। ਤਾਂ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਮਾਨਸਾ ਵਾਸੀ ਜਿਹੜੇ ਹੈਗੇ ਨੇ ਦੁਕਾਨਾਂ ਤੋਂ ਬਾਹਰ ਆ ਕੇ ਵੀ ਜੋ ਹੈ ਅੱਜ ਇਸ ਜੋ ਕੈਂਡਲ ਮਾਰਚ ਆ ਉਸ ਦੇ ਵਿੱਚ ਆ ਕੇ ਆਪਣਾ ਸਮਰਥਨ ਦੇ ਰਹੇ ਨੇ। ਤਾਂ ਗੱਲਬਾਤ ਵੀ ਲਾਜ਼ਮੀ ਕਰਾਂਗੇ ਬਾਬਾ ਜੀ। ਬਾਈ ਜੀ ਕੀ ਨਾਮ ਹੈ? ਭੂਸ਼ਣ ਕੁਮਾਰ। ਇੱਥੋਂ ਲੋਕਲ ਹੀ ਲੱਗਦੇ ਹੋ? ਹਾਂਜੀ ਲੋਕਲ। ਕਿਵੇਂ ਵੇਖਦੇ ਹੋ ਜਦੋਂ ਮਾਨਸਾ ਦੀ ਆਵਾਜ਼ ਜਿਸਨੇ ਟਿੱਬਿਆਂ ਦੀ ਧਰਤੀ ਨੂੰ ਗਲੋਬਲ ਵਿਲੇਜ ਦੇ ਤੌਰ ਤੇ ਮੂਸੇ ਨੂੰ ਉਭਾਰਿਆ ਹੋਵੇ ਤੇ ਅੱਜ ਇੱਕ ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ? ਨਹੀਂ ਮਿਲਿਆ। ਕਿਵੇਂ ਵੇਖਦੇ ਜੀ? ਦੱਸੋ ਭਾਈ ਕਿਵੇਂ ਵੇਖਦੇ ਇੱਕ ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ? ਮਿਲਣਾ ਚਾਹੀਦਾ ਵੀਰੇ ਇਨਸਾਫ। ਦੇਖੋ ਦੇਖਣਾ ਕੀ ਹੈ ਜੀ, ਸਰਕਾਰਾਂ ਦੀਆਂ ਪਾਲਿਸੀਆਂ ਬਿਲਕੁਲ ਗਲਤ ਹੋ ਚੁੱਕੀਆਂ ਨੇਗੀਆਂ। ਜਿਨ੍ਹਾਂ ਨੂੰ ਪ੍ਰੋਟੈਕਸ਼ਨਾਂ ਦੇਣੀਆਂ ਸੀਗੀਆਂ ਉਹਨਾਂ ਤੋਂ ਪ੍ਰੋਟੈਕਸ਼ਨਾਂ ਖੋਹ ਲਈਆਂ ਗਈਆਂ ਸੀਗੀਆਂ, ਔਰ ਜਿਨ੍ਹਾਂ ਨੂੰ ਲੋੜ ਹੈ ਨਹੀਂ ਖਾਮ ਖਾਮ ਨੂੰ ਪ੍ਰੋਟੈਕਸ਼ਨਾਂ ਦਿੱਤੀਆਂ ਗਈਆਂ ਨੇ। ਅੱਜ ਇੱਕ ਮਾਂ ਰੋਂਦੀ ਹੋਈ ਅੱਜ ਫਿਰ ਇੱਕ ਦੁਹਾਈ ਪਾ ਰਹੀ ਹੈ ਸਰਕਾਰ ਨੂੰ, ਜਿਹਦਾ ਇੱਕ ਬੱਚਾ ਗਿਆ ਉਹਨੂੰ ਪੁੱਛਣਾ ਚਾਹੀਦਾ ਉਹਦੇ ਦਿਲ 'ਤੇ ਕੀ ਬੀਤ ਰਹੀ ਹੈ। ਲੇਕਿਨ ਸਰਕਾਰਾਂ ਦੇ ਕੋਈ ਵੀ ਜੂ ਸਰਕ ਨਹੀਂ ਰਹੀ, ਕੋਈ ਜਸਟਿਸ ਨਹੀਂ ਹੋ ਰਿਹਾ। ਜਿਨ੍ਹਾਂ ਜੋ ਮੇਨ ਇਹਦੇ ਵਿੱਚ ਕਰਪਟ ਬੰਦੇ ਹੈਗੇ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਕੇ ਚੰਗੇ ਥਾਂ 'ਤੇ ਬਿਠਾ ਰੱਖੇ ਨੇ, VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈਗਾ, ਲੇਕਿਨ ਫੇਲ ਆਈ ਸਰਕਾਰ, ਬਿਲਕੁਲ ਫੇਲ ਹੈ। ਤਾਂ ਇੱਕ ਵੱਡਾ ਪੋਸਟਰ ਜਿਹੜਾ ਹੈਗਾ ਉਹ ਦੇਖ ਸਕਦੇ ਹੋ ਜਿਹੜਾ ਹੈਗਾ ਸਿੱਧੂ ਸਪੋਰਟਸ ਕਲੱਬ ਮਾਨਸਾ, ਤਾਂ ਵੱਡਾ ਪੋਸਟਰ ਦੇ ਜ਼ਰੀਏ ਅੱਜ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ ਭਾਜੀ।
ਕਿਵੇਂ ਵੇਖਦੇ ਜਦੋਂ ਅੱਜ ਇੱਕ ਸਾਲ ਹੋ ਚੁੱਲਿਆ ਅੱਜ ਫਿਰ ਜਿਹੜਾ ਕਿ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਚਾਹੁਣ ਵਾਲੇ ਜਿਹੜੇ ਇਨਸਾਫ਼ ਕਰ ਰਹੇ ਇਨਸਾਫ਼ ਹਲੇ ਉੱਥੇ ਹੈ ਹਾਂਜੀ ਬਾਈ ਇਸੀ ਗੱਲ ਇਸ ਲਈ ਅਸੀਂ ਸਾਰੇ ਦੁਬਾਰੇ ਕਰ ਰਹੇ ਹਾਂ ਕਿ ਸਾਡੇ ਭਰਾ ਨੂੰ ਇਨਸਾਫ਼ ਮਿਲੇ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਵੈਸੇ ਸਰਕਾਰ ਨੂੰ ਵੀ ਕਿਉਂਕਿ ਟਾਈਮ ਵੀ ਬਹੁਤ ਹੋ ਗਿਆ ਜੇ ਉੱਦਾਂ ਹੀ ਕੁਛ ਵੀ ਬਸ ਧੁੰਦਲਾ ਹੋਈ ਜਾਂਦਾ ਸਾਰਾ ਕੁਛ ਲੱਗਦਾ ਨਹੀਂ ਵੀ ਹੋ ਸਕਦਾ ਬਾਈ ਹੱਥ ਵਿੱਚ ਅੱਗੇ ਤਖਤੀਆਂ ਫੜੀਆਂ ਹੋਈਆਂ ਸਿੱਧੂ ਮੂਸੇਵਾਲੇ ਦੀ ਤਸਵੀਰ ਜਿਹੜੀ ਹੈਗੀ ਹੈ ਉਸ 'ਤੇ ਬਣੀ ਹੋਈ ਹੈ ਔਰ ਇਨਸਾਫ਼ ਦੀ ਮੰਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਉਹ ਲਿਖਿਆ ਹੋਇਆ ਤਾਂ ਇਹ ਤਸਵੀਰਾਂ ਅੱਜ ਮਾਨਸਾ ਦੀਆਂ ਨੇ ਮਾਨਸਾ ਸ਼ਹਿਰ ਦੀਆਂ ਤਸਵੀਰਾਂ ਨੇ ਜਦੋਂ ਬਾਜ਼ਾਰ ਦੇ ਵਿੱਚ ਜਿਹੜੇ ਹੈਗੇ ਪਰਿਵਾਰਕ ਮੈਂਬਰਾਂ ਦੇ ਨਾਲ ਸਿੱਧੂ ਨੂੰ ਚਾਹੁਣ ਵਾਲੇ ਜਦੋਂ ਇੱਥੋਂ ਨਿਕਲ ਰਹੇ ਨੇ ਸਿੱਧੂ ਨੂੰ ਚਾਹੁਣ ਵਾਲੇ ਇਨਸਾਫ਼ ਦੀ ਮੰਗ ਕਰ ਰਹੇ ਨੇ ਤਾਂ ਸ਼ਹਿਰ ਵਾਸੀ ਜਿਹੜੇ ਹੈਗੇ ਦੁਕਾਨਾਂ ਤੋਂ ਬਾਹਰ ਆ ਕੇ ਸਮਰਥਨ ਜਿਹੜਾ ਕਰ ਰਹੇ ਨੇ ਪਰ ਅੱਜ ਪਰਿਵਾਰ ਨੇ ਸਾਫ਼ ਤੌਰ 'ਤੇ ਕਿਹਾ ਕਿ ਅੱਜ ਕੋਈ ਵੀ ਨਾਰਾ ਨਹੀਂ ਲੱਗੇਗਾ ਅੱਜ ਕੋਈ ਨਹੀਂ ਹੋਊਗਾ ਸਿਰਫ ਤੋਂ ਸਿਰਫ ਮੌਨ ਧਾਰ ਕੇ ਜਿਹੜਾ ਹੈਗਾ ਇੱਥੋਂ ਤੁਰਿਆ ਜਾਵੇਗਾ ਚੁੱਪ ਰਹਿ ਕੇ ਇੱਥੋਂ ਤੁਰਿਆ ਜਾਵੇਗਾ ਤਾਂ ਜੋ ਚੁੱਪ ਦੀ ਆਵਾਜ਼ ਵੀ ਸਰਕਾਰ ਸੁਣੇ ਸਾਡੀ ਚੁੱਪ ਦੀ ਆਵਾਜ਼ ਵੀ ਜਿਹੜੀ ਸਰਕਾਰ ਨੂੰ ਟੀਸ ਬਣ ਕੇ ਪਹੁੰਚੇ ਕਿ ਕਿਸ ਤਰੀਕੇ ਨਾਲ ਸਿੱਧੂ ਦੇ ਚਾਹੁਣ ਵਾਲੇ ਜਿਹੜੇ ਹੈਗੇ ਨੇ ਉਹ ਅੱਜ ਵੀ ਇਨਸਾਫ਼ ਪਸੰਦ ਲੋਕ ਨੇ ਅੱਜ ਵੀ ਇਨਸਾਫ਼ ਦੇ ਲਈ ਜਿਹੜੇ ਹੈਗੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਕਿਉਂਕਿ ਪਰਿਵਾਰ ਨੇ ਇਹ ਪ੍ਰਣ ਕੀਤਾ ਹੋਇਆ ਕਿ ਕੋਈ ਵੀ ਹਿੰਸਾ ਵਾਲੀ ਜਿਹੜੀ ਹੈਗੀ ਆ ਉਹ ਗੱਲ ਜਿਹੜੀ ਹੈਗੀ ਆ ਨਹੀਂ ਹੋਵੇਗੀ ਅਸੀਂ ਹਮੇਸ਼ਾ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਇਨਸਾਫ਼ ਦੀ ਮੰਗ ਕਰਾਂਗੇ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਾਂਗੇ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਓ ਹਾਲਾਂਕਿ ਕੀ ਕਾਨੂੰਨੀ ਪੇਸ਼ ਹੋਣਗੇ ਕਿਵੇਂ ਜਿਹੜਾ ਹੈਗਾ ਟ੍ਰਾਇਲ ਚੱਲੇਗਾ ਕਿਵੇਂ ਅਕਿਊਜ਼ ਦੀ ਜਿਹੜੀ ਚਾਰਜਸ਼ੀਟ ਪੇਸ਼ ਕਰਨ ਤੋਂ ਬਾਅਦ ਕਿਵੇਂ ਉਹ ਗਵਾਹੀਆਂ ਹੋਣਗੀਆਂ ਹਾਲਾਂਕਿ ਇਹਨਾਂ ਨੂੰ ਨਹੀਂ ਪਤਾ ਹੋਗਾ ਪਰ ਫਿਰ ਵੀ ਕਿਤੇ ਨਾ ਕਿਤੇ ਇਨਸਾਫ਼ ਦੀ ਮੰਗ ਜ਼ਰੂਰ ਉਠਾ ਰਹੇ ਨੇ ਕਿ ਜਿਹੜੇ ਅਸਲ ਦੋਸ਼ੀ ਨੇ ਜਿਨ੍ਹਾਂ ਦਾ ਪਰਿਵਾਰ ਲਗਾਤਾਰ ਜ਼ਿਕਰ ਕਰ ਰਿਹਾ ਕਿ ਕੋਈ ਵੱਡੀ ਵਜ੍ਹਾ ਸੀ ਜਿਸ ਦੇ ਚੱਲਦੇ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਤਾਂ ਇਨਸਾਫ਼ ਮਿਲੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਵੱਡੀ ਜਿੱਥੇ ਫੋਟੋ ਫੜੀ ਹੈ ਉੱਥੇ ਜਿਹੜੇ ਛੋਟੀਆਂ ਫੋਟੋਆਂ ਲੈ ਕੇ ਵੀ ਜਿਹੜੀਆਂ ਜਸਟਿਸ ਪਰ ਸਿੱਧੂ ਮੂਸੇਵਾਲਾ ਕਹਿ ਰਹੇ ਨੇ ਕਿਵੇਂ ਦੇਖਦੇ ਇੱਕ ਸਾਲ ਬਾਅਦ ਵੀ ਕਿਵੇਂ ਦੇਖਦੇ ਬਾਈ ਜੀ ਇੱਕ ਸਾਲ ਬਾਅਦ ਜਦੋਂ ਬਾਈ ਜੀ ਬਹੁਤ ਹੀ ਮਾੜੀ ਘਟਨਾ ਸਾਡੇ ਏਰੀਏ ਲਈ ਸਾਡਾ ਏਰੀਆ ਤਕਰੀਬਨ ਖਤਮ ਹੋ ਚੁੱਕਿਆ ਅਤੇ ਬੋਲ ਤਾਂ ਕੋਈ ਸਕਦੀ ਨਹੀਂ ਇੱਕ ਸਾਲ ਹੋ ਗਿਆ ਬਟ ਜਦੋਂ ਸਾਡੇ ਐਡੇ ਭਾਈ ਨੇ ਜਿਹਨੇ ਇੱਥੇ ਆ ਸਾਡੇ ਏਰੀਏ 'ਚ ਉੱਠ ਕੇ ਸਾਰਿਆਂ ਨੂੰ ਬੈਕਵਰਡ ਜ਼ਿਲ੍ਹਾ ਕਿਹਾ ਜਾਂਦਾ ਪੰਜਾਬ 'ਚੋਂ ਦੁਨੀਆਂ 'ਤੇ ਨਾਮ ਚਮਕਾਇਆ ਤਾਂ ਉਹਨੂੰ ਨਹੀਂ ਇਨਸਾਫ਼ ਮਿਲ ਰਿਹਾ ਤਾਂ ਸਾਡੇ ਵਰਗੇ ਨੌਜਵਾਨਾਂ ਦੀ ਤਾਂ ਕੀ ਜ਼ਿੰਦਗੀ ਆ ਅਸੀਂ ਤਾਂ ਜੀ ਇਹੀ ਕਹਿੰਦੇ ਆ ਵੀ ਤਕਰੀਬਨ ਇਨਸਾਫ਼ ਤਾਂ ਜੀ ਇਨਸਾਫ਼ ਤਾਂ ਮੰਗਣ 'ਚ ਵੀ ਸ਼ਰਮ ਆਉਂਦੀ ਹੈ ਕਿਉਂਕਿ ਜੇ ਲੈਜੈਂਡ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਸਰਕਾਰਾਂ ਨੂੰ ਕੰਮ ਛੱਡ ਦੇਣਾ ਚਾਹੀਦਾ ਆਪਣਾ ਰਾਸ਼ਟਰਪਤੀ ਰਾਜ ਲਾਗੂ ਕਰ ਦੇਣ ਜੀ ਤਾਂ ਟਿੱਬਿਆਂ ਦਾ ਪੁੱਤ ਟਿੱਬਿਆਂ ਦੀ ਮਿੱਟੀ 'ਚ ਸਮਾ ਗਿਆ ਔਰ ਆਪਣੇ ਮਾਨਸਾ ਦੇ ਟਿੱਬਿਆਂ ਨੂੰ ਬ੍ਰੈਂਡ ਬਣਾ ਗਿਆ ਮਾਨਸਾ ਦੇ ਟਿੱਬਿਆਂ ਨੂੰ ਬ੍ਰੈਂਡ ਬਣਾ ਕੇ ਜਿਹੜਾ ਹੈਗਾ ਉਹਨਾਂ ਦੀ ਮਿੱਟੀ ਨੂੰ ਬ੍ਰੈਂਡ ਦੇ ਤੌਰ 'ਤੇ ਪੇਸ਼ ਕੀਤਾ ਔਰ ਮਿੱਟੀ ਦੇ ਵਿੱਚ ਜੋ ਕੰਮ ਕਰਦੇ ਨਾਟਕਿਆਂ ਟਰੈਕਟਰੋਂ ਉਸ ਨੂੰ ਬ੍ਰੈਂਡ ਦੇ ਰੂਪ ਵਿੱਚ ਜਿਹੜਾ ਹੈਗਾ ਉਹ ਪੇਸ਼ ਕੀਤਾ ਤਾਂ ਇਸ ਤਰੀਕੇ ਨਾਲ ਮਾਨਸਾ ਨੂੰ ਗਲੋਬਲ ਵਿਲੇਜ ਦੇ ਤੌਰ 'ਤੇ ਗਲੋਬਲ ਡਿਸਟ੍ਰਿਕਟ ਤੌਰ 'ਤੇ ਆਪਣੇ ਪਿੰਡ ਨੂੰ ਗਲੋਬਲ ਵਿਲੇਜ ਤੌਰ 'ਤੇ ਜਿਹੜਾ ਹੈਗਾ ਉਭਾਰ ਰਿਹਾ ਸਰ ਨਾਲ ਇੱਥੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਲੋਕ ਮਾਰਚ ਦੇ ਵਿੱਚ ਹਨ ਬਾਈ ਜੀ ਕਿਵੇਂ ਜਦੋਂ ਇੱਕ ਸਾਲ ਹੋ ਚੁੱਲਿਆ ਇੱਕ ਸਾਲ ਪਹਿਲਾਂ ਉਹੀ ਸੜਕਾਂ ਨੇ ਉਹੀ ਮਾਰਚ ਨੇ ਉਹੀ ਆਵਾਜ਼ ਉੱਠ ਰਹੀ ਹੈ ਪਰ ਸਰਕਾਰ ਜਾਂ ਪ੍ਰਸ਼ਾਸਨ ਹਾਲੇ ਤੱਕ ਇਨਸਾਫ਼ ਦੇ ਨੇੜੇ ਸਰਕਾਰ ਤਾਂ ਇਨਸਾਫ਼ ਦੇਣ ਦੀ ਥਾਂ 'ਤੇ ਇਸ ਚੀਜ਼ ਨੂੰ ਟਕਣ 'ਤੇ ਲੱਗੀ ਹੋਈ ਹੈ ਕਿਉਂਕਿ ਜਿਹੜੇ ਬੰਦੇ ਸ਼ਾਸਕ ਕਰਤਾ ਉਹ ਤਾਂ ਅੱਜ ਤੱਕ ਬਾਹਰ ਨਹੀਂ ਆਏ ਲਾਰੈਂਸ ਬਿਸ਼ਨੋਈ ਸ਼ਰਿਆਂ ਕਹਿ ਰਹੇ ਮੈਂ 50 ਲੱਖ ਰੁਪਇਆ ਗੋਲਡੀ ਨੂੰ ਬਾਹਰ ਭੇਜਿਆ ਤਾਂ 50 ਲੱਖ ਰੁਪਇਆ ਲਾਰੈਂਸ ਬਿਸ਼ਨੋਈ ਦੇ ਕੋਲ ਕਿੱਥੋਂ ਆਇਆ 2 ਕਰੋੜ ਦੇ ਯੂਪੀ ਦੇ ਵਿੱਚ ਹਥਿਆਰ ਖਰੀਦੇ ਗਏ ਉਹ 2.5 ਕਰੋੜ ਰੁਪਇਆ ਕਿਹੜੇ ਬੰਦੇ ਨੇ ਪ੍ਰੋਵਾਈਡ ਕਰਾਇਆ ਉਹ ਸਰਕਾਰ ਜਵਾਬ ਕਦੋਂ ਦੇਊਗੀ ਇਸ ਗੱਲ ਦਾ ਬਾਈ ਜੀ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਲਗਾਤਾਰ ਇਸ ਏਰੀਏ ਦੇ ਵਿੱਚ ਵੀ ਰਹੇ ਟਿੱਬਿਆਂ ਦੀ ਮਿੱਟੀ ਨੂੰ ਬ੍ਰੈਂਡ ਬਣਾਤਾ ਪਿੰਡ ਮੂਸਾ ਨੂੰ ਗਲੋਬਲ ਵਿਲੇਜ ਤੌਰ 'ਤੇ ਉਭਾਰਤਾ ਦੁਨੀਆ ਦੇ ਨਕਸ਼ੇ 'ਤੇ ਮਾਨਸਾ ਨੂੰ ਲਿਆਂਦਾ ਕਿਵੇਂ ਵੇਖਦੇ ਹੋ ਸਿੱਧੂ ਦੇ ਜਾਣ ਤੋਂ ਬਾਅਦ ਬਦਲਿਆ ਕੀ ਹੈ ਸਿੱਧੂ ਦੇ ਜਾਣ ਤੋਂ ਬਾਅਦ ਜਿਹੜੀ ਅਸਲੀ ਸਿੱਧੂ ਦੀ ਪਹਿਚਾਣ ਹੈ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਪਛਾਣਨ ਦੇ ਵਿੱਚ ਬੜੀ ਦੇਰੀ ਕੀਤੀ ਜਦੋਂ ਤੱਕ ਸਿੱਧੂ ਮੂਸੇਵਾਲੇ ਨੂੰ ਪਛਾਣਿਆ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਜੇ ਉਹ ਅੱਜ ਇਸ ਦੁਨੀਆ ਦੇ ਵਿੱਚ ਹੁੰਦਾ ਤਾਂ ਇਸ ਮਾਨਸਾ ਦਾ ਨਾਂ ਤਾਂ ਪੂਰੀ ਦੁਨੀਆ ਦੇ ਵਿੱਚ ਪਤਾ ਨਹੀਂ ਕਿੱਥੇ ਤੱਕ ਅੱਗੇ ਲੈ ਕੇ ਜਾਣਾ ਸੀ ਘਾਟਾ ਮਹਿਸੂਸ ਕਰ ਇਹ ਘਾਟਾ ਕਦੇ ਪੂਰਾ ਹੋ ਹੀ ਨਹੀਂ ਸਕਦਾ ਇਹ ਪੂਰੀ ਪੰਜਾਬੀਅਤ ਨੂੰ ਪੰਜਾਬ ਨੂੰ ਸਭ ਨੂੰ ਘਾਟਾ ਬਾਈ ਜੀ ਕਿਵੇਂ ਵੇਖਦੇ ਹੋ ਬਾਈ ਜੀ ਵੀ ਗੱਲ ਕਰਨ ਬਹੁਤ ਵੱਡਾ ਘਾਟਾ ਏਰੀਏ ਨੂੰ ਕਿਉਂਕਿ ਏਰੀਏ ਜਿਸ ਤਰੀਕੇ ਨਾਲ ਤਰੱਕੀ ਕੀਤੀ ਸਿੱਧੂ ਦੇ ਹੁੰਦਿਆਂ ਜਿਸ ਤਰੀਕੇ ਨਾਲ ਇੱਥੇ ਲੋਕ ਆਉਣ ਲੱਗੇ ਜਿਸ ਤਰੀਕੇ ਉਹਦੀ ਸੋਚ ਕੇ ਹੱਬ ਬਣਾਈ ਜਾਵੇਗੀ ਇੱਥੇ ਇੱਕ ਸਟੂਡੀਓ ਵੱਡਾ ਬਣਾਇਆ ਜਾਵੇਗਾ ਇੱਥੇ ਸ਼ੂਟਿੰਗ ਹੋਵੇਗੀ ਕਿਵੇਂ ਦੇਖਦੇ ਹੋ ਕਿ ਕਿੰਨਾ ਘਾਟਾ ਇਸ ਏਰੀਏ ਨੂੰ ਬਾਈ ਜੀ ਜਿਵੇਂ ਤੁਹਾਨੂੰ ਬਾਈ ਜੀ ਨੇ ਦੱਸਿਆ ਸਾਡੇ ਏਰੀਏ ਨੂੰ ਗਲੋਬਲ ਵਿਲੇਜ ਦੇ ਤੌਰ ਤੇ ਉਭਾਰਨ ਵਾਲਾ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਸਦੇ ਚਾਹੁਣ ਵਾਲੇ ਅੱਜ ਵੀ ਉਸਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਨੇ ਕਿਉਂਕਿ ਆਪਣੇ
टिब्बियां दी धरती नूं टिब्बियां दी मिट्टी नूं जिहड़ा हैगा उसने ब्रांड बनाया और उसे टिब्बियां दी धरती दे विच चलण वाले ट्रैक्टर नाट 11 नूं ब्रांड दे तौर ते उभारिया। तां अज वी सिद्धू दे चोण वाले इंसाफ दी मंग कर रहे ने। मानसा दे मानसा शहर दीआं गलीआं दे विच बाजारां दे विच अज वी आवाज उठ रही है कि सिद्धू नूं इंसाफ दिओ, पर परिवार ने अज तगीद कीता सी कि कोई वी अज नारा नहीं लगेगा, साडी चुप सरकार तक जो है अज वड्डी जिहड़ी हैगी आवाज बन के बौड़ेगी। ते इस नूं लै के देख सकदे हो बड़ा शांतमई तरीके दे नाल अज सिद्धू दे चोण वालिआं वल्लों इंसाफ जिहड़ा इंसाफ मार्च कीता जा रिहा। हत्थ विच तस्वीरां सिद्धू दीआं फड़ीआं होईआं ने और लगातार कहा जा रिहा कि सिद्धू नूं इंसाफ दिओ। बाई जी की नाम है? ਬਲਜਿੰਦਰ ਸਿੰਘ ਹੈ। ਕਿਵੇਂ ਵੇਖਦੋ ਇੱਕ ਸਾਲ ਸਿੱਧੂ ਨੂੰ ਗਏ ਨੂੰ ਹੋ ਗਿਆ? ਵੀਰੇ ਕੁਛ ਹਜੇ ਕੁਛ ਨਹੀਂ ਕਰ ਰਹੀਆਂ ਸਰਕਾਰਾਂ, ਹਜੇ ਕੋਈ ਉਮੀਦ ਨਹੀਂ, ਸਰਕਾਰਾਂ ਤੋਂ ਉਮੀਦ ਟੁੱਟ ਚੁੱਕੀ ਆ। ਕਿੰਨੇ ਵਾਰੀ ਵੀ ਇਹਦੇ ਸਿੱਧੂ ਦੇ ਪਿਤਾ ਜੀ ਕਹਿ ਚੁੱਕੇ ਨੇ ਵੀ ਸਾਨੂੰ ਸਰਕਾਰਾਂ ਤੋਂ ਵਾਰੀ ਵਾਰੀ ਕਹਿ ਰਹੇ ਨੇ ਗੱਲ ਕਰ, ਪਰ ਸਰਕਾਰਾਂ ਦੀ ਕੰਨ ਤੇ ਜੂੰ ਨਹੀਂ ਸਰਕ ਰਹੀ। ਬਹੁਤ ਔਖਾ ਵੀਰੇ, ਮਾਂ ਪਿਓ ਨੂੰ ਵੀ ਕਿੰਨਾ ਕੁ ਚਿਰ ਉਹ ਕਰਨਗੇ, ਉਹਨਾਂ ਦੀ ਉਮੀਦਾਂ ਟੁੱਟਣ ਦੇ ਟੁੱਟੀ ਚੁੱਕੀਆਂ ਨੇ, ਗੱਲ ਕਰ ਕੀ ਕਰਨਾ ਅਗਰ ਪੁੱਤ ਗਿਆ ਬਈ ਅਗਲੇ ਦਾ। ਇੱਧਰ ਦੇ ਹੱਥ ਦੇ ਵਿੱਚ ਮੋਮਬੱਤੀ ਜਲਾ ਕੇ ਕੈਂਡਲ ਜਲਾ ਕੇ ਦੂਸਰੇ ਪਾਸੇ ਜਸਦੀਪ ਸਿੱਧੂ, ਕਿਵੇਂ ਦੇਖਦੇ ਬਾਬਾ ਜੀ? ਸਿੱਧੂ ਸਾਡਾ ਬੱਚਾ ਸੀ, ਮੈਂ ਲਾਲਚੰਦ ਯਾਦਵ 65 ਸਾਲ ਦੀ ਉਮਰ ਰੱਖਦੀ। ਸਿੱਧੂ ਅੱਜ ਪੂਰੇ 1 ਸਾਲ ਸਾਡੇ ਤੋਂ ਵਿਛੜ ਗਿਆ। 1 ਸਾਲ ਤੱਕ ਇਹ ਸਰਕਾਰ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਕੋਈ ਇਨਸਾਫ਼ ਨਹੀਂ ਦਿੱਤੀ, ਨਾ ਇਨਸਾਫ਼ ਦਿੱਤਾ। ਅੱਜ ਪੂਰੇ 1 ਸਾਲ ਹੋਣ ਦੇ ਬਾਅਦ ਵੀ ਅਸੀਂ ਸਿੱਧੂ ਨੂੰ ਯਾਦ ਕਰ ਰਹੇ ਹਾਂ। ਸਿੱਧੂ ਸਾਡੇ ਦਿਲਾਂ ਦੇ ਵਿੱਚ ਆਇਆ, ਅਸੀਂ ਇਹ ਵੀ ਕਦੇ ਵੀ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਭੁੱਲਦਾ ਨਹੀਂ ਹੈਗਾ। ਉਹਦਾ 2-3 ਇੱਕ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਕੈਂਸਰ ਹੋਸਪਿਟਲ ਔਰ ਉਦਯੋਗ ਲਿਆਉਣ ਦੀ ਉਹਦੀ ਸੋਚ ਸੀ ਇਸ ਮਾਨਸਾ ਜ਼ਿਲ੍ਹੇ ਵਾਸਤੇ, ਪਰ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਹੋਇਆ। ਕੁਛ ਲੋਕ ਗਲਤ ਅਨਸਰ ਲੋਕ ਨੇ, ਇਹ ਉਹਨਾਂ ਤੋਂ ਚੱਲਿਆ ਨਹੀਂ ਗਿਆ। ਅੱਜ ਅਸੀਂ ਸਾਰੇ ਆਹ ਦੇਖੋ ਤੁਹਾਡੇ ਨਾਲ ਉਜੂਮ ਕਿੰਨਾ ਚੱਲ ਰਿਹਾ, ਅਸੀਂ ਉਸ ਨੂੰ ਯਾਦ ਕਰ ਰਹੇ ਹਾਂ ਜਵਾਕ ਨੂੰ। ਜਵਾਕ ਨਹੀਂ ਗਿਆ, ਇਹ ਸਾਨੂੰ ਲੈ ਕੇ ਗਿਆ, ਸਾਨੂੰ ਮਾਰਤਾ ਉਹਨੇ। ਇਹ ਜਵਾਕ ਨੂੰ ਨਹੀਂ ਮਾਰਿਆ ਉਹਨਾਂ ਨੇ, ਸਾਨੂੰ ਮਾਰਿਆ। ਅਸੀਂ ਇੱਕ ਲੋਕਲ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਇੱਕ ਚੰਗੀ ਸੋਚ ਦਾ ਕਤਲ ਕੀਤਾ ਗਿਆ। ਬੇਸ਼ੱਕ ਸਰੀਰਕ ਤੌਰ 'ਤੇ ਸਿੱਧੂ ਸਾਡੇ ਵਿਚਕਾਰ ਨਹੀਂ ਰਿਹਾ, ਪਰ ਆਪਣੇ ਗੀਤਾਂ ਦੇ ਜ਼ਰੀਏ ਜੋ ਉਹਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤਾ, ਜੋ ਪੰਜਾਬ ਨੂੰ ਦਿੱਤਾ, ਜੋ ਮਾਨਸਾ ਨੂੰ ਦਿੱਤਾ, ਜੋ ਟਿੱਬਿਆਂ ਦੀ ਧਰਤੀ ਨੂੰ ਦਿੱਤਾ, ਉਸ ਦੇ ਜ਼ਰੀਏ ਸਾਡੇ ਵਿੱਚ ਹਮੇਸ਼ਾ ਉਹ ਜਿਉਂਦਾ ਰਹੇਗਾ, ਅਮਰ ਰਹੇਗਾ ਸਾਡੇ ਵਿੱਚ। ਤਾਂ ਇਹ ਤਸਵੀਰਾਂ ਲਗਾਤਾਰ ਅਸੀਂ ਜੋ ਸਾਂਝੀਆਂ ਕਰ ਰਹੇ ਹਾਂ ਮਾਨਸਾ ਤੋਂ। ਬਾਈ ਜੀ ਕੀ ਨਾਮ ਹੈ? ਇੱਕ ਗੱਲ ਹੋਰ ਮੈਂ ਕਹਿਣਾ ਸੀਗਾ ਕਿ ਸਭ ਤੋਂ ਵੱਡੀ ਗੱਲ, ਮਾਨਸਾ ਨੂੰ ਸੁਖਦੀਪ ਸਿੰਧੂ ਮੂਸੇ ਵਾਲੇ ਨੇ ਇੱਕ ਚੀਜ਼ ਦਿੱਤਾ, ਬੀਬੀ 31 ਨੂੰ ਬਾਹਰਲੇ ਦੇਸ਼ ਜਾ ਕੇ ਤੁਸੀਂ ਪੁੱਛੋ ਬੀਬੀ 31 ਤੋਂ ਆਏ ਆ, ਉਹ ਕਹਿਣਗੇ ਮਾਨਸਾ, ਮਾਨਸਾ ਦਾ ਨਾਂ ਉੱਚਾ ਕੀਤਾ। ਇੱਥੇ ਮਾਨਸਾ ਦਾ ਨਾਂ ਉੱਚਾ ਕਰਨ ਦਾ ਰਾਜਨੀਤਿਕ ਲੋਕਾਂ ਨੇ ਸਪਿਨਿੰਗ ਮਿਲ ਵੇਚਤਾ, ਸ਼ੂਗਰ ਮਿਲ ਵੇਚਤਾ, ਇੰਜੀਨੀਅਰਿੰਗ ਕਾਲ ਚਲਾ ਗਿਆ, ਮੈਡੀਕਲ ਕਾਲ ਚਲਾ ਗਿਆ। ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਿੱਧੂ ਦੇ ਨਾਲ ਜੁੜੀਆਂ ਅੱਜ ਵੀ ਲੋਕ ਯਾਦ ਕਰਦੇ ਨੇ, ਅੱਜ ਵੀ ਲੋਕ ਚਾਹੁੰਦੇ ਨੇ ਕਿ ਇਨਸਾਫ ਮਿਲੇ, ਅੱਜ ਵੀ ਚਾਹੁੰਦੇ ਨੇ ਕਿ ਜਿਸ ਤਰੀਕੇ ਨਾਲ ਸੋਚ ਦਾ ਕਤਲ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਇੱਕ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਰਹੀ, ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਰਹੀ, ਕਿਉਂਕਿ ਸਿੱਧੂ ਨੇ ਆਪਣੇ ਏਰੀਏ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਸੀ, ਪੂਰੀ ਦੁਨੀਆ ਦੇ ਵਿੱਚ ਆਪਣੇ ਏਰੀਏ ਨੂੰ ਲੈ ਕੇ ਗਏ ਸੀ। ਤਾਂ ਇਸ ਨੂੰ ਲੈ ਕੇ ਅੱਜ ਸਿੱਧੂ ਦੇ ਚੋਣ ਵਾਲੇ ਇਨਸਾਫ ਮਾਰਚ ਜਿਹੜਾ ਹੈਗਾ ਉਹ ਕੱਢ ਰਹੇ ਨੇ, ਮਾਨਸਾ ਦੇ ਸ਼ਹਿਰ ਦੇ ਵਿੱਚੋਂ ਇਨਸਾਫ ਮਾਰਚ ਕੱਢਿਆ ਜਾ ਰਿਹਾ ਔਰ ਪਰਿਵਾਰ ਦੀ ਜੋ ਤਕੀਦ ਹੈਗੀ ਕੋਈ ਵੀ ਨਾਰਾ ਨਹੀਂ ਲੱਗੇਗਾ, ਕੋਈ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਜਿਹੜਾ ਹੈਗਾ ਭੜਕਾਹਟ ਭਰਿਆ ਸ਼ਬਦ ਨਹੀਂ ਵਰਤਿਆ ਜਾਵੇਗਾ, ਉਸ 'ਤੇ ਅਮਲ ਕੀਤਾ ਜਾ ਰਿਹਾ। ਸਾਡੇ ਨਾਲ ਹੋਰ ਲੋਕ ਵੀ ਨੇ। ਬੁੱਢੀ ਕੀ ਨਾਮ ਹੈ ਜੀ? ਮੋਨਿਕਾ, ਮੋਨਿਕਾ ਅਟਵਾਲ। ਕਿਵੇਂ ਵੇਖਦੇ ਜਦੋਂ 1 ਸਾਲ ਹੋ ਗਿਆ ਹੈ ਸਿੱਧੂ ਦੇ ਗੀਤ ਸੁਣਦੇ ਹੋਵੋਗੇ, ਲੋਕਲ ਹੀ ਹੋਵੋਗੇ? ਹਾਂਜੀ ਹਾਂਜੀ ਲੋਕਲ ਜੀ, ਅੱਜ ਬੜਾ ਹੀ 1 ਸਾਲ ਪਹਿਲਾਂ ਜੋ ਇਹ ਘਟਨਾ ਵਾਪਰੀ ਬੜਾ ਹੀ ਭਿਆਨਕ ਦਿਨ ਸੀਗਾ ਜੋ ਸਾਡੇ ਲਈ। ਅੱਜ ਅਸੀਂ ਇਕੱਠ ਕਰਕੇ ਇਕੱਠੇ ਹੋ ਕੇ ਉਹਨਾਂ ਦੇ ਇਨਸਾਫ਼ ਲਈ ਕੈਂਡਲ ਮਾਰਚ ਕੱਢ ਰਹੇ ਹਾਂ ਤਾਂ ਜੋ ਸਰਕਾਰ ਨੂੰ ਲੱਗੇ ਕਿ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਹਨਾਂ ਲਈ ਤਾਂ ਇਨਸਾਫ਼ ਹੋ ਚੁੱਕਿਆ ਹੈ ਪਰ ਹਾਲੇ ਤੱਕ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਕਿਹੜੀ ਗੱਲ ਸਿੱਧੂ ਦੀ ਹਮੇਸ਼ਾ ਯਾਦ ਰਹੇਗੀ, ਕਿਹੜੀ ਗੱਲ ਨੂੰ ਲੈ ਕੇ ਸਿੱਧੂ ਨੂੰ ਹਮੇਸ਼ਾ ਤੁਸੀਂ ਜ਼ਿਹਨ ਦੇ ਵਿੱਚ ਰੱਖੋ? ਕਿਉਂਕਿ ਉਹ ਬੜੇ ਹੀ ਸਾਦੇ ਬੰਦੇ ਸੀਗੇ, ਉਹ ਕਦੇ ਵੀ ਸੈਲੀਬ੍ਰਿਟੀ ਵਾਲਾ ਬਿਹੇਵ ਨਹੀਂ ਕਰਦੇ ਸੀਗੇ। ਉਹਨਾਂ ਨੂੰ ਔਰ ਇੱਕ ਨੂੰ ਇੱਕ ਬਰਾਬਰ ਸਮਝਦੇ ਸੀਗੇ ਕਿ ਵੀ ਸਾਰਿਆਂ ਨਾਲ ਇੱਕੋ ਜਿਹਾ ਬਿਹੇਵ ਕਰਨਾ ਚਾਹੀਦਾ ਹੈ। ਫੋਟੋ
अमित इतने एक गल मैं लाजमी तौर पर जिक्र करना चाहगा कि सिद्धू ने बहुत कुछ रिश्तिया से लिखिया, अपनी माता नाल रिश्ता सी, मां दे रिश्ते ते लिखिया, पिता दे रिश्ते ते लिखिया, भरावां दे रिश्ते ते लिखिया, पर दोस्तां दे रिश्ते ते लिखिया। पर सिद्धू नूं इक वार पुछया गया सी कि तुसीं धी ते क्यों नहीं लिखिया, तां सिद्धू ने कहा कि क्या सी कि जदों मैनूं धी दे प्यार दा अहसास हो जाएगा, जदों मेरे घर धी हो जाएगी, तां मैं लाजमी तौर पर धी दा जिक्र भी करांगा, धी दे अहसास दा जिक्र भी करांगा। इक प्यो और धी दे प्यार दा अहसास की हुंदा उसदा जिक्र लाजमी तौर पर करांगे, क्योंकि उसने जो रिश्ता निभाया उस रिश्ते नूं बखूबी अपने शब्दां दे विच परोया, अपने शब्दां दे विच लिखिया, तां हुण समाप्ति जिहड़ी हैगी इत्थे हो चुकी है। तां इत्थे हुण परिवारक मैंबर मुड जिहड़ा हैगा लोकां दा धन्नवाद करनगे, इत्थे आए सिद्धू दे समर्थकां दा धन्नवाद करनगे, तां कैंडल मार्च दी समाप्ति जिहड़ी हैगी इस जगह ते होई, क्योंकि बस स्टैंड ते चौक तक आउणा सी, ठीकरीवाल चौक तक आना सी, तां उह आ चुके ने, तां इत्थे जिहड़ा हैगा साडा सिद्धू ਜਿਹੜਾ ਹੈਗਾ ਸਾਡੀ ਸ਼ਾਨ ਸਰਧਾਂਜਲੀ ਜਿਹੜਾ ਮਾਨਸਾ ਦੇ ਲੋਕਾਂ ਨੂੰ ਰੱਖੀ ਗਈ ਸੀ, ਇੱਥੇ ਸਿੱਧੂ ਦਾ ਪਰਿਵਾਰ ਉਹਨਾਂ ਦੀ ਮਾਤਾ ਪਹੁੰਚੇਗੀ, ਇੱਥੇ ਜਿਹੜਾ ਹੈਗਾ ਸੰਬੋਧਨ ਜਿਹੜਾ ਹੈਗਾ ਮੁੜ ਜਿਹੜਾ ਹੈਗਾ ਪਰਿਵਾਰ ਵੱਲੋਂ ਕੀਤਾ ਜਾਵੇਗਾ, ਔਰ ਜਿਹੜੇ ਆਏ ਲੋਕ ਨੇ ਉਹਨਾਂ ਦਾ ਧੰਨਵਾਦ ਜਿਹੜਾ ਹੈਗਾ ਪਰਿਵਾਰ ਕੀਤਾ ਹੋਏਗਾ। ਇਨਸਾਫ ਮਾਰਚ ਜਿਹੜਾ ਹੈਗਾ ਉਹ ਇੱਕ ਵਾਰ ਸਮਾਪਤ ਹੋ ਚੁੱਕਿਆ, ਤਾਂ ਹੁਣ ਮਾਤਾ ਜਿਹੜੇ ਹੈਗੇ ਨੇ ਮੁੜ ਜਿਹੜੇ ਹੈਗੇ ਨੇ ਲੋਕਾਂ ਦੇ ਸਾਹਮਣੇ ਦੁਬਾਰਾ ਰੂਬਰੂ ਹੋਣਗੇ, ਪਰਿਵਾਰਕ ਮੈਂਬਰ ਉਹਨਾਂ ਦੇ ਤਾਇਆ ਜੀ ਰੂਬਰੂ ਹੋਣਗੇ। ਤਾਂ ਇਨਸਾਫ ਮਾਰਚ ਜੋ ਤਕਰੀਬਨ 1.5 ਕਿਲੋਮੀਟਰ ਤੱਕ ਇਨਸਾਫ ਮਾਰਚ ਚੱਲਿਆ, ਉਸ ਮਾਰਚ ਦੇ ਵਿੱਚ ਦੇਖ ਸਕਦੇ ਤਸਵੀਰਾਂ ਦੇ ਰਾਹੀਂ ਵੱਡੀ ਗਿਣਤੀ ਵਿੱਚ ਕਿੰਨੀ ਤਾਦਾਦ ਦੇ ਵਿੱਚ ਲੋਕਾਂ ਦਾ ਇਕੱਠ ਸੀ, ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਹੋਏ। ਤਾਂ ਹੁਣ ਜਿਹੜਾ ਹੈਗੇ ਨੇ ਸਿੱਧੂ ਦੇ ਪਰਿਵਾਰਕ ਮੈਂਬਰ ਮੁੜ ਜਿਹੜਾ ਹੈਗਾ ਸੰਬੋਧਨ ਕਰਨਗੇ, ਧੰਨਵਾਦ ਕਰਨਗੇ, ਹੋਰ ਅੱਗੇ ਰਣਨੀਤੀ ਕੀ ਰਹਿਣ ਵਾਲੀ ਆ, ਅੱਗੇ ਇਨਸਾਫ ਨੂੰ ਲੈ ਕੇ ਕਿਸ ਤਰੀਕੇ ਦਾ ਪਰਿਵਾਰ ਸੋਚ ਰਿਹਾ, ਕਿਸ ਤਰੀਕੇ ਦਾ ਪਰਿਵਾਰ ਅੱਗੇ ਆਵਾਜ਼ ਉਠਾਵੇਗਾ, ਉਸ ਬਾਰੇ ਜਿਹੜਾ ਹੈਗਾ ਅੱਜ ਜ਼ਿਕਰ ਕੀਤਾ ਜਾਵੇਗਾ। ਜੀ ਰਮਨ, ਬਿਲਕੁਲ ਰਮਨ, ਅਸੀਂ ਵੇਖ ਪਾ ਰਹੇ ਹਾਂ ਤਸਵੀਰਾਂ, ਇਸ ਵੇਲੇ ਇਨਸਾਫ ਮਾਰਚ ਠੀਕਰੀਵਾਲ ਚੌਂਕ ਪਹੁੰਚ ਚੁੱਕਿਆ, ਜਿਸ ਤਰ੍ਹਾਂ ਕਿ ਇਨਸਾਫ ਮਾਰਚ ਕੱਢੇ ਜਾਣ ਦੀ ਇੱਕ ਪਲਾਨ ਤਿਆਰ ਕੀਤਾ ਗਿਆ ਸੀ, ਉੱਥੇ ਇਨਸਾਫ ਮਾਰਚ ਉਸ ਥਾਂ ਦੇ ਉੱਪਰ ਪਹੁੰਚ ਚੁੱਕਿਆ। ਤਸਵੀਰਾਂ ਆਪਣੇ ਦਰਸ਼ਕਾਂ ਤੱਕ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ। ਜੀ ਹਾਂ, ਇਸ ਤੋਂ ਪਹਿਲਾਂ ਇਨਸਾਫ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਮਾਤਾ ਚਰਨ ਕੌਰ ਨੇ ਸੰਬੋਧਿਤ ਕੀਤਾ, ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਅੱਜ ਨਾਅਰੇਬਾਜ਼ੀ ਨਹੀਂ ਕੀਤੀ ਜਾਵੇਗੀ, ਅੱਜ ਚੁੱਪ ਰਹਿ ਕੇ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਇੱਕ ਯਤਨ ਕੀਤਾ ਗਿਆ। ਜਾਂ ਇਹ ਚੁੱਪੀ ਵੀ ਬਹੁਤ ਜ਼ਿਆਦਾ ਗੂੰਜਦੀ ਵਿਖਾਈ ਦੇ ਰਹੀ ਹੈ, ਕਿਉਂਕਿ ਮੰਗ ਪਿਛਲੇ ਇੱਕ ਸਾਲ ਤੋਂ ਹੋ ਰਹੀ ਹੈ, ਮੰਗ ਪਿਛਲੇ ਇੱਕ ਸਾਲ ਤੋਂ ਇਹੀ ਹੋ ਰਹੀ ਹੈ ਕਿ ਜਦ ਤੱਕ ਸਾਜ਼ਿਸ਼ਕਰਤਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਡੱਕੇ ਜਾਂਦੇ, ਤਦ ਤੱਕ ਨਹੀਂ ਮੰਨਿਆ ਜਾ ਸਕਦਾ ਕਿ ਪਰਿਵਾਰ ਨੂੰ ਮਿਲਿਆ ਇਨਸਾਫ। ਜੀ ਹਾਂ, ਅੱਜ ਦਾ ਇਹ ਦਿਨ ਉਹ ਕਾਲਾ ਦਿਨ ਸੀ, ਇੱਕ ਸਾਲ ਪਹਿਲੇ ਜਦੋਂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਮਕਬੂਲੀਅਤ ਦੇ ਝੰਡੇ ਹੋਰ ਜ਼ਿਆਦਾ ਬੁਲੰਦ ਹੁੰਦੇ ਵਿਖਾਈ ਦਿੱਤੇ। ਸਮਾਧ ਜਿਹੜੀ ਬਣੀ ਉੱਥੇ ਹਰ ਰੋਜ਼ ਸੈਂਕੜੇ ਲੋਕ ਸ਼ਰਧਾਂਜਲੀ ਭੇਟ ਕਰਨ ਦੇ ਲਈ ਪਹੁੰਚਦੇ ਨੇ। ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਦਾ ਅੰਦਾਜ਼ਾ ਇੱਥੋਂ ਹੀ ਲੱਗ ਸਕਦਾ ਹੈ ਕਿ ਵਿਸ਼ਵ ਭਰ ਦੇ ਵਿੱਚ ਵੱਖ ਵੱਖ ਬੋਲੀਆਂ ਦੇ ਨਾਲ ਸੰਬੰਧਿਤ ਸਿੰਗਰਸ ਵੱਲੋਂ ਆਪਣੇ ਗਾਣਿਆਂ ਦੇ ਰਾਹੀਂ, ਗੀਤਾਂ ਦੇ ਰਾਹੀਂ, ਕੰਧਾਂ ਦੀਵਾਰਾਂ ਦੇ ਉੱਪਰ ਪੇਂਟਿੰਗਾਂ ਦੇ ਰਾਹੀਂ ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਇਨਸਾਫ ਦੀ ਮੰਗ ਕੀਤੀ ਗਈ। ਅਤੇ ਹੁਣ ਇਸ ਵੇਲੇ ਜਦੋਂ ਇੱਕ ਸਾਲ ਪੂਰਾ ਹੋ ਚੁੱਕਿਆ, ਅੱਜ ਪਹਿਲੀ ਬਰਸੀ ਹੈ, ਅਤੇ ਇਸ ਮੌਕੇ ਮਾਤਾ ਚਰਨ ਕੌਰ ਮਾਨਸਾ 'ਚ ਹਨ, ਪਿਤਾ ਬਲਕੌਰ ਸਿੰਘ ਲੰਡਨ 'ਚ ਮੌਜੂਦ ਹਨ। ਲੰਡਨ 'ਚ ਮੌਜੂਦ ਪਿਤਾ ਬਲਕੌਰ ਸਿੰਘ ਵੱਲੋਂ ਜਦੋਂ PTC ਨਿਊਜ਼ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਦਾ ਹੀ ਉਹ ਦਿਨ ਸੀ ਜਦੋਂ ਜ਼ਿੰਦਗੀ ਦੇ ਮਾਇਨੇ ਬਦਲ ਗਏ। ਜੀ ਹਾਂ, ਇੱਕ ਮਾਤਾ ਪਿਤਾ ਨੇ ਜਵਾਨ ਪੁੱਤ ਨੂੰ ਅੱਜ ਦੇ ਦਿਨ ਗਵਾ ਦਿੱਤਾ ਸੀ, ਅੱਜ ਤੋਂ ਵੱਧ ਮਨਹੂਸ ਦਿਨ ਉਹਨਾਂ ਦੇ ਲਈ ਸ਼ਾਇਦ ਕਦੇ ਵੀ ਜ਼ਿੰਦਗੀ ਦਾ ਨਹੀਂ ਹੋ ਸਕਦਾ, ਪਰ ਫਿਰ ਵੀ ਹਿੰਮਤ ਦੀ ਦਾਤ ਹੈ ਕਿ ਅੱਜ ਇੱਕ ਸਾਲ ਬਾਅਦ ਵੀ ਇਨਸਾਫ ਦੀ ਲੜਾਈ ਲੜ ਰਿਹਾ ਔਰ ਡਟ ਕੇ ਲੜਾਈ ਲੜੀ ਜਾ ਰਹੀ ਹੈ। ਆਪਣੇ ਪੁੱਤਰ ਦੀ ਮੌਤ ਦੇ ਸਾਜ਼ਿਸ਼ਕਰਤਾਵਾਂ ਨੂੰ ਕਤਲ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਡੱਕਣ ਦੇ ਲਈ, ਅਤੇ ਮਾਨਸਾ ਦਾ ਅੱਜ ਹੈ ਦ੍ਰਿਸ਼ ਵੀ ਇਸ ਗੱਲ ਦੀ ਹਾਮੀ ਭਰਦਾ ਕਿ ਕਿਸ ਢੰਗ ਦੇ ਨਾਲ ਮੂਸੇਵਾਲਾ ਦੇ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਪਿਆਰ। ਜੀ ਹਾਂ, ਕੰਧਾਂ ਦੇ ਉੱਪਰ ਅੱਜ ਵੀ ਚਰਿੱਤਰ ਬਣੇ ਨਜ਼ਰ ਆਉਂਦੇ ਨੇ, ਹੱਥਾਂ ਦੇ ਵਿੱਚ ਤਖਤੀਆਂ ਨੇ, ਅੱਖਾਂ ਦੇ ਵਿੱਚ ਹੰਝੂ ਨੇ, ਕੋਠਿਆਂ 'ਤੇ ਚੜ੍ਹ ਚੜ੍ਹ ਜਸਟਿਸ ਫੋਰ ਸਿੱਧੂ ਮੂਸੇਵਾਲਾ ਦਾ ਨਾਰਾ ਦਿੱਤਾ ਜਾ ਰਿਹਾ। ਮਾਨਸਾ ਦੇ ਵਿੱਚ ਅੱਜ ਆਏ ਇਕੱਠ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਲੋਕਾਂ ਦਾ ਇਕੱਠ ਮਾਨਸਾ ਦੇ ਵਿੱਚ ਨਜ਼ਰ ਆਉਂਦਾ। ਸਾਡੇ ਸਹਿਯੋਗੀ ਰਮਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਰਮਨ, ਹੁਣ ਕੀ ਕੁਝ ਇੱਥੇ ਅੱਗੇ ਰਹਿਣ ਵਾਲਾ ਹੈ, ਅੱਜ ਦੇ ਕੀ ਕੁਝ ਹੋਰ ਪ੍ਰੋਗਰਾਮ ਰੱਖੇ ਗਏ ਨੇ, ਕਿਉਂਕਿ ਕੈਂਡਲ ਮਾਰਚ ਹੁਣ ਠੀਕਰੀਵਾਲ ਚੌਕ ਪਹੁੰਚ ਚੁੱਕਿਆ ਹੈ, ਇਸ ਤੋਂ ਬਾਅਦ ਕੀ ਕੁਝ ਰਹਿਣ ਵਾਲਾ ਹੈ? ਰਮਨ, ਅਮਿਤ, ਹੁਣ
अमित हुण परिवारक मैंबर जिहड़े हैगे ने उन्हां दे ताया जी जिहड़े हैगे ने उह मीडिया दे रूबरू होणगे लोकां दे रूबरू होणगे और अगली रणनीति दा जिहड़ा हैगा खुलासा होवेगा कि इंसाफ नूं लै के जिहड़ी लगातार परिवार कोशिश कर रहा सी लगातार परिवार सरकार ते दबाव बना रहा सी तां जदों एक साल हो गया हाले तक इंसाफ नहीं मिलिया अज वी इंसाफ मार्च कढ़िया गया तां अगे रणनीति किहो जी रहेगी अगे लोकां तों किस तरीके दा साथ मंगिया जाऊगा अगे सिद्धू दे चोण वाले तों किस तरीके दा साथ जिहड़ा हैगा परिवार मंगेगा इस नूं लै के हुण उन्हां दे परिवारक मैंबर उन्हां दे ताया जी जिहड़े हैगे मीडिया दे रूबरू होणगे और वड्डा जिहड़ा हैगा अज ऐलान हो सकदा और वड्डी जिहड़ी हैगी गल उस पूरे एक घटना एक साल दे दौरान जिहड़ी हैगी उह आ सकदी है नौजवान वीरां नूं हुण उन्हां दे ताया जी सिद्धू दे ताया जी जिहड़े हैगे ने उह संबोधन करनगे भाई जी यार शांति बना के रखो धक्के ना मारो थोनू पता ही है यार की आप हालात दे विच आ परिवार सारा दुख दे विच आ दुख च आए हैं वीर बन के संजम बना के रखो यार एक दूजे नू धक्के ना मारो पिछो सो इत्थे पांच मिनट भाई बल चमकौर ने लाने ते पांच सत मिनट माता ने बोलना चुप दी दान नाल तुसीं जिथे खड़े हो उत्थे खड़ के सुन लो बेनती आ हाथ जोड़ के भाई बन के धक्का मुक्की ना करो ते साडी टीम वाले भाई तुसीं चुप रहो वीर बन के सारे जने चुप रहो बाकी बैठ जाओ जिन्ना बैठ सकते कोई बैठ जाओ नहीं भी बन के चुप रहो सारे जने चुप करके जेड़ी असी गल सरकार नू कहनी चाहुंदे मीडिया दे राही ते सोडे राही उनू वीर बन के ध्यान नाल सुन लो रौला ना पाओ बेनती आ हाथ जोड़ के बेनती है वीर बन के आराम नाल सुन लो हैलो साथी रा बेनती है भाई माड़ा चुप दा दान बख्शो लोग मिनट वास्ते जिस मकसद वास्ते आप इतने कट्ठे हुए हैं उस दी आप गल कर लिए जे आप आई रौला पाते रहे ना ना तो देखो आ जो मीडिया वाले वीर ने इन्होंने आपदा तो फिर यह सारा अपना सिस्टम है जो ठीक नहीं रहता गल कर ढंग ही बदल जाता है कृपा करो माड़ी जी चुप का दान बख्शो दो मिनट आप गल कर लिए जिस मकसद वास्ते कट्ठे हुए हैं लगभग अज वह मनहूस दिन नू एक साल हो गया 29 मई नू 8 जून नू आपां भोग पाया सीगा बेटे दा भाई ये घटना अचनचेत होगी इहदे की कारण ने सानू नहीं पता और सरकार नू कहा सीगा भी भाई तुहानू खुला टाइम दिता सानू इहदी असलीयत कढ के दे दिओ केस की पर इन्हां ने जो असलीयत आपां नू हुण तक कढ के दित्ती है ਉਹ ਸਿਰਫ ਇਹੀ ਆ ਵੀ ਜਿਹੜੇ ਕਿਰਾਏ ਦੇ ਭਾੜੇ ਦੇ ਕੋਈ 25,000 ਚ ਖਰੀਦਿਆ ਸੀ ਕੋਈ 50,000 ਚ ਖਰੀਦਿਆ ਸੀ ਕੋਈ 1,00,000 ਚ ਖਰੀਦਿਆ ਸੀ ਜਿਹੜੇ 5-4 ਬੰਦੇ ਸਿਰਫ ਗੋਲੀਆਂ ਮਾਰਨ ਵਾਲੇ ਸੀਗੇ ਉਹਨਾਂ ਨੂੰ ਫੜ ਕੇ ਅੰਦਰ ਦੇਤਾ ਉਹ ਤੋਂ ਬਾਅਦ ਇੱਕ ਲੰਮੀ ਲਿਸਟ ਬਣਾਤੀ ਤੈਂ ਫਲਾਨਿਆਂ ਗੱਡੀ ਦੇਤੀ ਤੇਰੇ ਘਰੇ ਫਲਾਨਿਆਂ 2 ਮਿੰਟ ਰੁਕ ਗਏ ਤੇਰੇ ਘਰੇ ਰੋਟੀ ਖਾ ਲਈ ਇਹ ਜਿਹੜਾ ਸਾਰਾ ਸਿਸਟਮ ਆ ਨਾ ਇਹਨਾਂ ਬੰਦਿਆਂ ਨਾਲ ਆਪਣਾ ਕੋਈ ਰੌਲਾ ਨਹੀਂ ਸੀ ਕੋਈ ਸਾਨੂੰ ਬੰਦੇ ਨਾਲ ਮਤਲਬ ਇਹ ਜਿਹੜੇ ਕੋਈ ਹਰਿਆਣੇ ਤੋਂ ਆ ਗਿਆ ਕੋਈ ਮੈਨੂੰ ਗੁੱਸਾ ਆ ਗਿਆ ਕੋਈ ਹੋਰ ਆ ਗਿਆ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਸੀਗਾ ਇਹਨਾਂ ਬੰਦਿਆਂ ਨੂੰ ਸ਼ਿੰਗਾਰ ਕੇ ਪੈਸੇ ਦੇ ਕੇ ਗੋਲੀਆਂ ਮਰਵਾਤੀਆਂ ਪਰੰਤੂ ਸਰਕਾਰ ਨੇ ਸਾਲ ਭਰ ਹੋ ਗਿਆ ਆਪਾਂ ਨੂੰ ਇਸ ਗੱਲ ਤੋਂ ਇਹ ਗਾਹਾਂ ਹੀ ਨਹੀਂ ਤੁਰਦੇ ਇੱਕੋ ਗੱਲ ਰੱਟ ਲਾਈ ਹੋਈ ਹੈ 27 ਬੰਦੇ ਤਾਂ ਫੜ ਲਏ 35 ਨਾਮਜ਼ਦ ਕਰਤੇ ਹੋਰ ਕੀ ਕਰ ਦਈਏ ਉਹ ਭਾਈ 35 ਦੇ 35 ਨੂੰ ਛੱਡ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਲਿਖ ਕੇ ਲੈਣਾ ਲਿਖ ਕੇ ਲੈ ਲਓ ਸਾਨੂੰ ਤਾਂ 5-4 ਬੰਦੇ ਉਹ ਚਾਹੀਦੇ ਆ ਜਿਹਨੇ ਇਹ ਸਾਰੀ ਪਲੈਨਿੰਗ ਕੀਤੀ ਹੈ ਜਿਹਦੇ ਵਾਸਤੇ ਉਹ ਰੋੜਾ ਸੀ ਜਿਹਦਾ ਉਹਨੇ ਕੋਈ ਫੀਲਡ ਰੋਕਿਆ ਸੀਗਾ ਜਾਂ ਜਿਹਦੀ ਕੋਈ ਹੋਰ ਤਰ੍ਹਾਂ ਦੀ ਸ਼ਾਇਦ ਕਿਸੇ ਨੂੰ ਭੁਲੇਖਾ ਹੋਵੇ ਪੋਲੀਟੀਕਲ ਰੋਕਦਾ ਹੋਵੇ ਉਹ ਸਾਈਟ ਉਹਨੂੰ ਐਂ ਲੱਗਿਆ ਹੋਵੇ ਕੋਈ ਉਹੋ ਜਿਹਾ ਬੰਦਾ ਹੈ ਕੋਈ ਵੀ ਆਦਮੀ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਹਜੇ ਤੱਕ ਲੱਗ ਸਕਿਆ ਵੀ ਸਾਨੂੰ ਉਹ ਬੰਦੇ ਦੱਸ ਦਿਓ ਉਹ ਮਜ਼ਦੂਰ ਘਰਾਂ ਦੇ ਮੁੰਡਿਆਂ ਨੂੰ ਲੈ ਕੇ ਹੈਰ ਕਰਕੇ ਗੋਲੀਆਂ ਮਰਵਾਤੀਆਂ ਉਹਨਾਂ ਨਾਲ ਸਾਡਾ ਕੋਈ ਰੌਲਾ ਨਹੀਂ ਸੀ ਰਹੀ ਹੈ ਉਦੋਂ ਗੱਲ ਵੀ ਗੋਲਡੀ ਬਰਾੜ ਦਾ ਇੱਕ ਬੜਾ ਨਾਂ ਆਉਂਦਾ ਹੈ ਲਾਰੈਂਸ ਦਾ ਆਉਂਦਾ ਹੈ ਭਰਾਵੋ 60 ਸਾਲ ਦਾ ਤਾਂ ਮੈਂ ਹੋ ਗਿਆ ਇਸ ਕਾਂਡ ਤੋਂ ਪਹਿਲਾਂ ਮੈਂ ਤਾਂ ਕਦੇ ਇਹਨਾਂ ਦੇ ਨਾਂ ਨਹੀਂ ਸੁਣੇ ਸੀ ਨਾ ਮੈਂ ਕਦੇ ਅਖਬਾਰ ਅਖੂਰ ਇੱਦਾਂ ਦੇ ਪੜ੍ਹਦਾ ਸੀ ਵੀ ਕੌਣ ਬੰਦਾ ਕੀ ਕਰਦਾ ਹੈ ਕੋਈ ਬੰਦਾ ਅਸੀਂ ਇਹਨਾਂ ਦਾ ਨਾਂ ਨਹੀਂ ਜਾਣਦੇ ਸੀ ਅੱਜ ਕੱਲ੍ਹ ਬੜੇ ਇਹ ਤਾਂ ਟੋਪ 'ਤੇ ਚੜ੍ਹੇ ਹੋਏ ਨੇ ਕਾਰਨ ਕੀ ਹੈ ਇਹਨਾਂ ਨੇ ਦੁਕਾਨਦਾਰੀ ਚਲਾਉਣੀ ਸੀ ਵੀ ਜਿਹਦਾ ਵਰਲਡ ਲੈਵਲ 'ਤੇ ਨਾਂ ਹੈ ਉਹਨੂੰ ਮਾਰ ਦਿਓ ਤਾਂ ਸਾਡੀਆਂ ਫਰੋਤੀਆਂ 'ਚ ਹੋਰ ਵਾਧਾ ਹੋ ਜਾਊਗਾ ਨਾ ਹੀ ਸਾਡਾ ਇਹਨਾਂ ਬੰਦਿਆਂ ਨਾਲ ਕੋਈ ਰੌਲਾ ਸੀ ਤੁਹਾਨੂੰ ਗੱਲ ਸਾਫ਼ ਕਰਦੇ ਹਾਂ ਇਹਦੇ ਵਿਚਾਲੇ ਇੱਕ ਟੀਮ ਹੈ ਚਿੱਟੇ ਕੁੜਤੇ ਪਜਾਮੇ ਵਾਲਿਆਂ ਦੀ ਉਹ 5 ਨੇ 10 ਨੇ ਕਿੰਨੇ ਵੀ ਹੋ ਸਕਦੇ ਨੇ ਉਹਨਾਂ ਲੋਕਾਂ ਨੂੰ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਇਹਨਾਂ ਨੂੰ ਫੜ ਲਓ
जे लॉरेंस दे कान च जाके किसी ने फूक मार दी सिद्धू तंग करदा वह बंदा होर है, जे किसी ने गोल्डी बराड़ नूं कहा सिद्धू तंग करदा वह बंदे होर ने। वह अज भी आराम नाल चिट्टे मतलब पाई फिरदे ने गुरते पजामे, उन्हां नूं कोई नहीं बुलाउंदा। कारण भी सोनू जिन्नी कि मैनू समझाउंदी आ, मैं बहुता सियाणा तां है नहीं थोड़े वर्गी है, ना कोई लीडर है ना कोई भाषण करना आउंदा है, सिर्फ यह हालात ने मायक है जिहड़े हत्थ च फड़ाते उस करके बोलते हैं आपदे। जिहड़ा जिहड़े बोल रहे हैं ना ये अंदरों निकलते हैं, कोई लिखा पढ़िया कुछ नहीं है। गल आप करते हैं उन्होंने बंद की, हूँ उन्होंने बंद फड़ते क्यों नहीं? सारी असी सिट न दसता, सारे इन्होंने आप वाले मेरे ख्याल सारे वजीर अपने को कला कला करके आ गए, घंटा दो घंटे साढ़े न मगजगफाई करी जाएंगे, उठन वेले एक गल कह देंगे, सारी गल जाके तुसी दिल्ली दसो। वह पढ़ियो जहान दो फिर तुम दो घंटे का सिर क्यों खाता जो सारा कुछ असी दिल्ली दसना है, फिर सोनू कहदे वास्ते चुने 12 या थोड़ी एडी कैबिनेट है जी तुम बनाई फिर दो, फिर उतो की करवा है जे असी दिल्ली जाके सारा कुछ दसना है। ये उस गल ते नहीं आते मैं सू कारण देखो मेरी समझ है ये, मैं नहीं सोथो सारे तो सियाना नहीं ना आवाम तो सियाना है। मैनू यह लगता है पिछले 10 तो 15 जी पिछलिया सरकार रही उन्होंने गैंगस्टरवाद पनपया, सारे मुंडे 32-33 साल के ने।